ਆ ਇੱਕ ਵੀਰ ਆਪਣਾ ਮਨਜੀਤ ਸਿੰਘ ਜਿਨੇ ਹੁਣੇ-ਹੁਣੇ ਕਲਾਸੇ ਬੇ ਦਾ ਲਾਇਸੈਂਸ ਕੀਤਾ ਆ ਆਪਣੀਆਂ ਥਿਉਰੀ ਦੀਆਂ ਜਿਹੜੀਆਂ ਵੀਡੀਓ ਆਪਾਂ ਪਾਈਆਂ ਸੀ YouTube ਤੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਉਹਨਾਂ ਨੂੰ ਵੇਖ-ਵੇਖ ਕੇ ਵੀਰ ਨੇ ਜਿਹੜਾ ਤਿਆਰੀ ਕੀਤੀ ਸੀ ਵੀਰ ਨੇ ਵੈਸੇ ਹੁਣ ਕਿਸੇ ਹੋਰ ਵੀਡੀਓ ਥੱਲੇ ਕਮੈਂਟ ਕੀਤਾ ਸੀ ਆਪਣੀ ਮਦਰ ਨੂੰ ਆਪਣੇ ਬ੍ਰਦਰ ਨੂੰ ਇਨਵਾਈਟ ਕਰਨਾ ਹੈ ਜਰਮਨੀ ਦੇ ਵਿੱਚ ਤੇ ਉਸ ਲਈ ਕਮੈਂਟ ਕੀਤਾ ਸੀ ਤੇ ਮੈਂ ਉਸ ਦਾ ਜਵਾਬ ਦਿੱਤਾ ਸੀ ਤੇ ਵੀਰ ਜੀ ਨੇ ਥੱਲੇ ਫਿਰ ਜਿਹੜਾ ਨਾਲ ਥੈਂਕਸ ਕੀਤਾ ਆ ਵੀਰ ਜੀ ਨੇ ਲਿਖਿਆ ਆ ਓਕੇ ਭਾਜੀ ਥੈਂਕ ਯੂ ਵੈਰੀ ਮਚ ਐਂਡ ਥੈਂਕਸ ਫॉर ਫਾਸਚੂਲੇ ਥਿਉਰੀ ਮੈਂ ਪਾਸ ਹੋ ਗਿਆ ਹਾਂ ਵਿਦ ਜ਼ੀਰੋ ਮਿਸਟੇਕਸ ਸੋ ਥੈਂਕਸ ਵਾਲੀ ਕੋਈ ਗੱਲ ਨਹੀਂ ਆ ਵੀਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹਨਾ ਆ ਕਿਉਂਕਿ ਇਹ ਤੁਹਾਡੀ ਆਪਣੀ ਮਿਹਨਤ ਆ ਜੋ ਰੰਗ ਲੈ ਕੇ ਆਈ ਆ ਠੀਕ ਹੈ ਜੀ ਆਪਾਂ ਤਾਂ ਵੀਡੀਓਜ਼ ਬਣਾ ਕੇ ਸਾਰੇ ਪਾਰਟਸ ਜਿਹੜਾ ਆ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ YouTube ਤੇ ਠੀਕ ਹੈ ਜੀ ਹੁਣ ਤੁਸੀਂ ਟਾਈਮ ਕੱਢਣਾ ਆ ਡੇਲੀ ਇੱਕ ਦੋ ਪਾਰਟ ਦੇਖਣਾ ਆ ਸਮਝਣਾ ਆ ਠੀਕ ਹੈ ਜੀ ਜੇ ਤੁਸੀਂ ਟਾਈਮ ਕੱਢੋਗੇ ਦੇਖੋਗੇ ਸਿੱਖੋਗੇ ਤਾਂ ਡੈਫੀਨੇਟਲੀ ਤੁਸੀਂ ਜਿਹੜਾ ਆ ਪਾਸ ਹੋਵੋਗੇ ਜ਼ੀਰੋ ਮਿਸਟੇਕ ਦੇ ਨਾਲ ਤੇ ਹੋਰ ਵੀ ਭੈਣ ਭਰਾ ਜਿਹੜਾ ਦੇਖਣਾ ਚਾਹੁੰਦੇ ਨੇ YouTube ਤੇ ਜਾ ਕੇ ਲਿਖੋ German License Theory in Punjabi Part 1 ਠੀਕ ਹੈ ਜੀ ਤੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਸਾਰੇ ਪਾਰਟਸ ਦੇ ਲਿੰਕਸ ਹੈਗੇ ਆ ਜਾਂ ਫਿਰ YouTube ਤੇ ਹਰ ਵਾਰ ਲਿਖ ਸਕਦੇ ਹੋ German License Theory in Punjabi Part 1 German License Theory in Punjabi Part 2 German License Theory in Punjabi Part 3 ਇਸ ਤਰ੍ਹਾਂ ਕਰਕੇ ਵੀ ਤੁਸੀਂ ਸਾਰੇ ਪਾਰਟਸ ਜਿਹੜਾ ਵੇਖ ਸਕਦੇ ਹੋ ਸਿੱਖ ਸਕਦੇ ਹੋ ਘਰ ਬੈਠੇ ਬੈਠੇ ਆਪਣੇ ਮੋਬਾਈਲ ਫੋਨ ਤੋਂ ਕੰਪਿਊਟਰ ਤੋਂ ਟੈਬਲੇਟ ਜੋ ਵੀ ਤੁਹਾਡੇ ਕੋਲ ਹੈਗਾ ਆ ਤੁਸੀਂ ਘਰ ਬੈਠੇ ਬੈਠੇ ਪੂਰੀ ਥਿਊਰੀ ਦੀ ਤਿਆਰੀ ਜਿਹੜਾ ਆ ਘਰ ਬੈਠੇ ਬੈਠੇ ਕਰ ਸਕਦੇ ਹੋ ਬਾਕੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਫੋਲੋ ਕਰਿਓ ਤਾਂ ਜੋ ਹੋਰ ਪੈਂਟਰਾਂਵਾਂ ਤੱਕ ਪਹੁੰਚ ਸਕੇ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਤੁਹਾਡੇ ਲਵ ਸੰਗਮ ਦੋਵੇਂ ਹੱਥ ਜੋੜ ਕੇ ਤੁਹਾਡ ਤੁਮਾਫੀ ਚਾਹੁੰਦਾ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੇ ਜਿਉਂਦੇ ਬਸਦੇ ਰਹੋ